एक मिनट गड्डी चाबी खड़ा करना इवा लोड लोड पैनी में पति के लेना अपन गड्डी वैसे भी सेट सही है सेकंड दे हां फिर से ट्रैक्टर उसके सारे अंदर हो गए हां स्टिल फुटमल है हाँ जी सर मोटरसाइकिल दिखाई मोटरसाइकिल की सन्ने वाले मुंडे का स्टिल फोटो कर फोटो मार फोटो कर फोटो मार वर्दी करो सर करो नाल जी सर मेरा नाम सुनील कुमार पिंड चंडीवाली है जी मेरा चंडीगढ़ रोड के ऊपर की वाकया आया थोड़े वाकया मैंने कल तो कॉल आ रही थी इन्हां दी 5 बज के 3 मिनट से पहली कॉल आई थी मैंने जिद्दां करके सानू फरौती चाहिदी है किस नंबर ते कोई 12वां नंबर सीगा प्लस 60 तो जिस तरह नंबर कोई मलेशिया या कितें दा हो मैनूं नहीं कोई पता फिर मैं डरदे ने पहले तो मैं गल नहीं की सी फिर सवेरे फिर मैं अपने फुकल पैंट इंचार्ज साहब नाल गलबात की ठीक है जी उन्होंने मेरे बहुत सहयोग दिता ते सर ने अमन बराड़ जी इन्होंने तो सुवन सिंह जी ने इन्होंने बहुत मेरी हेल्प की 3-4 घंटे इन्होंने मेरा सारा ऑपरेशन सैट करता पर इन्होंने मैं बहुत तत किया भी असं गोलियां मार देंगे फलाना कर देंगे पत्तल चढ़ा देंगे बच्चे मार देंगे 5 लाख रुपये चाहिए वा पर मैं उन्होंने कहा भी मैं इन्ने पैसे नहीं दे सकता है कि मैं कितों दूंगा फिर असी आके सर जी ना फुकल पेंड आके रिपोर्ट की साढ़ा मेरे ख्याल 4-5 घंटे ऑपरेशन क्लीयर हो गया जी
ਕੀ ਕਹਿਣਾ ਚਾਹੋਗੇ ਪੁਲਿਸ ਦੀ ਇਸ ਕਾਮਯਾਬੀ ਨੂੰ? ਪੁਲਿਸ ਦੀ ਬਹੁਤ ਬਹੁਤ ਮੇਰੀ ਮਦਦ ਕੀਤੀ ਇਹਨਾਂ ਨੇ, ਜਿਸ ਹਿਸਾਬ ਨਾਲ ਮੇਰਾ ਹਾਲਾਤ ਸੀਗਾ ਬਹੁਤ ਮੈਂ ਧੰਨਵਾਦ ਕਰਦਾ ਇਹਨਾਂ ਦਾ, ਬਹੁਤ ਜ਼ਿਆਦਾ। ਬਹੁਤ ਸਾਰਿਆਂ ਨੇ ਇੰਨੀ ਮਿਹਨਤ ਮਦਦ ਕੀਤੀ, ਅਮਨ ਸਮਰਾਟ ਜੀ ਨੇ, ਸੁਖਵਿੰਦਰ ਸਿੰਘ ਸਿੱਧੂ ਜੀ ਨੇ ਬਣਾਏ ਫੋਰਮੈਟ ਦਾ ਸੀ। ਬਹੁਤ ਡਰੋ ਨਾ ਜੀ, ਡਰੋ ਨਾ, ਮੈਂ ਵੀ ਡਰਦਾ ਸੀ ਪਰ ਹੁਣ ਮੈਨੂੰ ਪਤਾ ਲੱਗਿਆ ਡਰੋ ਨਾ, ਕੋਈ ਪੁਲਿਸ ਪ੍ਰਸ਼ਾਸਨ ਨਾਲ ਹੋਵੇ ਜੀ ਕੁਛ ਨਹੀਂ ਹੋ ਸਕਦਾ, ਇਹ ਨਾਲ ਹੁਣ ਤਾਂ ਕੋਈ ਕੋਈ ਕੁਛ ਨਹੀਂ ਬਾਲ ਕਰ ਨਾ ਸਕਦਾ, ਅਤੇ ਇਹਨਾਂ 'ਤੇ ਬਿਲੀਵ ਕਰੋ, ਇਹਨਾਂ ਨੂੰ ਦੱਸੋ। ਆਪਾਂ ਜਿਸ ਤਰ੍ਹਾਂ ਮੈਂ ਹੁੰਦਾ ਜਾਂ ਮੈਨੂੰ ਨਾ ਹੌਸਲਾ ਮਿਲਦਾ ਮੈਂ ਨਾ ਦੱਸਦਾ, ਸ਼ਾਇਦ ਮੈਂ ਫਰੋਤੀ ਦੇ ਦਿੰਦਾ, ਠੀਕ ਹੈ। ਮੈਨੂੰ ਇਹਨਾਂ ਕੋਲ ਆ ਕੇ ਬਹੁਤ ਹੌਸਲਾ ਮਿਲਿਆ ਅਤੇ ਮੇਰੇ ਰਿਜ਼ਲਟ ਮੇਰੇ ਸਾਹਮਣੇ, ਬਾਕੀ ਤੁਹਾਡੇ ਸਾਹਮਣੇ। ਕੀ ਮਿਲਿਆ, ਕੀ ਕਿਸ ਚੀਜ਼ ਦੀ ਇਨਫੋਰਮੇਸ਼ਨ ਸੀ? ਇਹ ਅਸਲ ਦੇ ਵਿੱਚ ਇੱਕ ਆਦਮੀ ਤੋਂ ਫਰੋਤੀ ਮੰਗੀ ਗਈ ਸੀ, ਇੰਟਰਨੈਸ਼ਨਲ ਨੰਬਰ ਤੋਂ ਕਾਲ ਆ ਰਹੀ ਸੀ ਕੱਲ੍ਹ ਤੋਂ, ਅਤੇ ਉਹ ਪਹਿਲਾਂ ਤਾਂ ਉਹਨੇ ਡਰਦਿਆਂ ਚੁੱਪ ਕਰਕੇ ਦੱਸਿਆ ਨਹੀਂ, 5 ਲੱਖ ਰੁਪਇਆ ਮੰਗਿਆ ਜਾ ਰਿਹਾ ਸੀ। ਅੱਜ ਸਾਡੀ ਪਾਰਟੀ ਨੂੰ ਜਦੋਂ ਧਿਆਨ ਦੇ ਵਿੱਚ ਲਿਆਂਦਾ ਗਿਆ ਮਾਮਲਾ, ਅਤੇ ਅਸੀਂ ਉਹਦੇ ਵਿੱਚ ਜਿਹੜੀਆਂ ਸਿਵਲ ਦੇ ਵਿੱਚ ਇਸ ਢੰਗ ਦੀਆਂ ਕੋਈ ਮੋਟਰਸਾਈਕਲ ਟਰੈਕਟਰ ਅਤੇ ਹੋਰ 'ਤੇ ਅਸੀਂ ਫੋਰਸ ਨੂੰ ਯੂਜ਼ ਕਰਕੇ ਉਹਨਾਂ ਨੂੰ ਕੈਂਡ ਨਹਿਰ 'ਤੇ ਜਿੱਥੇ ਟਾਈਮ ਦਿੱਤਾ ਸੀ, ਜਿੱਥੇ ਕਿਹਾ ਸੀ ਪੈਸੇ ਰੱਖ ਲਓ, ਅੱਜ ਉਹ ਜਿਹੜਾ 1.5 ਲੱਖ ਰੁਪਇਆ ਜਦੋਂ ਦੇਣ ਆਏ ਸੀ, ਅਤੇ ਉਹਦੇ ਵਿੱਚੋਂ ਉਹ ਜਦੋਂ ਪਾਰਟੀ ਸਾਡੀ ਉੱਥੋਂ ਇੱਕ ਵਾਰੀ ਪੈਸੇ ਚੱਕ ਕੇ ਉਹ ਭੱਜ ਗਏ, ਬਟ ਉਹ ਪਾਰਟੀ ਨੇ ਚੀਜ਼ ਕਰਕੇ ਅਸੀਂ ਦੋਨੇ ਹੀ ਜਿਹੜੇ ਮੁਲਜ਼ਮ ਹੈ ਉਹ ਫੜਨ 'ਚ ਕਾਮਯਾਬ ਹੋਏ ਹਾਂ। ਅਤੇ ਬੇਸਿਕਲੀ ਉਹਦੇ 'ਚ ਇਹ ਕਹਿ ਸਕਦੇ ਹਾਂ ਵੀ ਇੱਕ ਬੜਾ ਸਾਫ ਅਤੇ ਬੜਾ ਸਮੂਥ ਓਪਰੇਸ਼ਨ ਉਹ ਕਰਕੇ, ਉਹਦੇ ਵਿੱਚ ਕਈ ਵਾਰੀ ਜਿਹੜੇ ਕਿ ਇੰਟਰਨੈਸ਼ਨਲ ਨੰਬਰ ਤੋਂ ਕਾਲਜ ਆਉਂਦੀਆਂ ਅਤੇ ਉਹ ਲੋਕਾਂ ਦੇ ਵਿੱਚ ਡਰ ਦਾ ਭੈ ਪੈਦਾ ਕਰਕੇ ਅਤੇ ਉਹ ਕਰਨ ਦੀ ਕੋਸ਼ਿਸ਼ ਕਰਦੇ ਆ, ਅਸੀਂ ਮੁਸਤੈਦ ਹਾਂ। ਅਤੇ ਇਹ ਵੀ ਤੁਸੀਂ ਦੇਖਿਆ ਹੋਣਾ ਇਸ ਮੁਸਤੈਦੀ ਦੇ ਨਾਲ ਹੀ ਲੁਧਿਆਣਾ ਪੁਲਿਸ ਨੇ ਜਿਹੜਾ ਉਹਨੂੰ ਇਫੈਕਟਿਵਲੀ ਉਹ ਕੀਤਾ, ਅਸੀਂ 1.5 ਲੱਖ ਰੁਪਇਆ ਵੀ ਉਹਨਾਂ ਤੋਂ ਰਿਕਵਰ ਕਰ ਲਿਆ। ਇੱਕ ਜਿਹੜਾ ਨਕਲੀ ਪਿਸਟਲ ਹੈ ਜਿਹੜਾ ਉਹਨੂੰ ਬੇਸਿਕਲੀ ਓਰਿਜਿਨਲ ਪਿਸਟਲ ਨਹੀਂ, ਅਤੇ ਇੱਕ ਦਾ ਜਿਹੜਾ ਉਹਨੂੰ ਹੈ ਇਹਨਾਂ ਕੋਲੋਂ ਰਿਕਵਰ ਕੀਤਾ। ਸਰ ਇਹ ਲੱਗਦਾ ਇਹਨਾਂ ਨੇ ਹੋਰ ਵੀ ਵਾਰਦਾਤਾਂ ਨੂੰ ਅੰਜਾਮ ਦਿੱਤਾ? ਹਜੇ ਉਹਨਾਂ ਨੂੰ ਪੁੱਛ ਪੜਤਾਲ ਕਰਾਂਗੇ ਜੀ, ਹਜੇ ਇਹਨੂੰ ਲੈ ਕੇ ਜਾ ਕੇ, ਕਿਉਂਕਿ ਇਹ ਭੱਜੇ ਹੈ, ਇਹ ਡਿੱਗੇ ਵੀ, ਇਹਨਾਂ ਦੇ ਸੱਟਾਂ ਵੀ ਵੱਜੀਆਂ, ਅਤੇ ਉਹ ਅਸੀਂ ਉਹਨੂੰ ਪ੍ਰੋਪਰਲੀ ਉਹਨੂੰ ਸਾਰਾ ਚੈੱਕ ਕਰਕੇ ਇਹਨਾਂ ਨੂੰ ਅਤੇ ਅੱਗੇ ਉਹ ਕਰਾਂਗੇ, ਅੱਗੇ ਹਜੇ ਲਿਜਾ ਕੇ, ਕਿਉਂਕਿ ਹਜੇ ਮੌਕੇ 'ਤੇ ਹੀ ਹੈ। ਅਤੇ ਮੇਨ ਮਕਸਦ ਇਹ ਸੀ ਵੀ ਉੱਥੇ ਕਿਸੇ ਨੂੰ ਜਿਹੜਾ ਕੈਸ਼ ਦੇਣ ਆਏ ਵਾਲੇ ਨੂੰ ਉਹਦੇ ਤੋਂ ਉਹ ਉਹਦਾ ਨੁਕਸਾਨ ਨਾ ਪਹੁੰਚਾ ਦੇਣ, ਅਤੇ ਦੂਜਾ ਇਹ ਹੈ ਵੀ ਇਹਨਾਂ ਨੂੰ ਫੜਨਾ ਵੀ ਜ਼ਰੂਰੀ ਸੀ। ਕਿਹੜੇ ਗੈਂਗਸਟਰ ਦਾ ਨਾਮ ਇਸਤੇਮਾਲ ਕੀਤਾ ਜਾ ਰਿਹਾ ਸੀ? ਇਹ ਬੇਸਿਕਲੀ ਪੰਜਾਬ ਦੇ ਕਿਸੇ ਵੀ ਗੈਂਗਸਟਰ ਦੀ ਤੁਹਾਨੂੰ ਕਾਲ ਨਹੀਂ? ਹਾਂ ਹਾਂ, ਇੱਕ ਜਿਹੜੀ ਮੇਨ ਵੱਡੀ ਗੱਲ ਇਹ ਕਹਿ ਰਹੇ ਸੀ ਵੀ ਇੰਨਾ ਪਿੱਤਲ ਭਰ ਦਾਂਗੇ ਜਿਹੜਾ ਤੁਸੀਂ ਯਾਦ ਰੱਖੋਗੇ, ਜਿਹੜਾ ਵੀ ਪੈਸਾ ਜੇ ਸਾਨੂੰ ਨਾ ਦਿੱਤਾ। ਅਤੇ ਦੂਜੀ ਗੱਲ ਇਹ ਹੈ ਵੀ ਜਦੋਂ ਸਾਡੇ ਨਾਲ ਗੱਲ ਨਿਬੜ ਗਈ ਤਾਂ ਤੁਹਾਨੂੰ ਕਿਸੇ ਵੀ ਗੈਂਗਸਟਰ ਦੀ ਕਾਲ ਨਹੀਂ ਆਊਗੀ, ਮਤਲਬ ਅਸੀਂ ਇਸ ਗੱਲ ਦੀ ਜ਼ਿੰਮੇਵਾਰੀ ਉਹ ਲੈਂਦੇ ਹਾਂ। ਅਤੇ ਇਹਨੂੰ ਬੇਸਿਕਲੀ ਸ਼ਰਾਰਤੀ ਅਤੇ ਜਿਹੜੀ ਈਜ਼ੀ ਮਨੀ ਦੇ ਵਿੱਚ ਉਹ ਕਰਦੇ ਆ, ਪਰ ਪੁਲਿਸ ਮੁਸਤੈਦ ਹੈ, ਇਹੋ ਜਿਹੇ ਬੰਦਿਆਂ ਨੂੰ ਅਸੀਂ ਬਿਲਕੁਲ ਨਹੀਂ ਛੱਡਾਂਗੇ। ਅਤੇ ਜਿਵੇਂ ਇਹਨਾਂ ਨੂੰ ਇਹ ਫੜੇ ਗਏ ਆ ਅਤੇ ਇਸੇ ਢੰਗ ਦੇ ਨਾਲ ਹੀ ਅਸੀਂ ਮੁਸਤੈਦੀ ਹੈ, ਬਟ ਇਹਨੂੰ ਜਿਹੜੇ ਕ੍ਰਿਮੀਨਲ ਬੰਦੇ ਆ ਉਹਨਾਂ ਨੂੰ ਇਹ ਇਹਨੂੰ ਵੀ ਸੁਣਿਆ ਕਿ ਪੁਲਿਸ ਦੀ ਨਿਗਾਹ ਤੁਹਾਡੇ 'ਤੇ ਹੈਗੀ ਹੈ, ਤੁਸੀਂ ਆਮ ਸ਼ਰੀਫ ਬੰਦਿਆਂ ਨੂੰ ਵਿੱਚ ਸਹਿਮ ਅਤੇ ਡਰ ਪੈਦਾ ਕਰਕੇ ਉਹ ਲੁੱਟ ਨਹੀਂ ਸਕਦੇ ਗੇ, ਅਸੀਂ ਆਮ ਚੰਗੇ ਅਤੇ ਜਿਹੜੇ ਸ਼ਹਿਰੀ ਆ ਅਸੀਂ ਉਹਨਾਂ ਦੇ ਬਿਲਕੁਲ 100% ਨਾਲ ਹੈ। ਅਤੇ ਇਹੋ ਜਿਹੀ ਕਾਰਵਾਈ ਜੇ ਤੁਸੀਂ ਕਰੋਗੇ ਤਾਂ ਉਹ ਨਤੀਜੇ ਵੀ ਅਸੀਂ ਤੁਹਾਨੂੰ ਉਸੇ ਭੁਗਤਣ ਲਈ ਤਿਆਰ ਰਹਿਣਾ ਪਊ। ਇੰਟਰਨੈਸ਼ਨਲ ਨੰਬਰ ਕਿੱਥੋਂ ਆਇਆ ਕੁਛ? ਇਹ ਹਜੇ ਦੱਸ ਰਿਹਾ ਵੀ ਮੇਰੇ ਬ੍ਰਦਰ ਤੋਂ ਫੋਰਨ ਗਿਆ ਹੋਇਆ ਸੀ, ਉਹਦਾ ਨੰਬਰ ਸੀ, ਪਰ ਇਹ ਅਸੀਂ ਚੈੱਕ ਕਰਨ ਵਾਲੀ ਗੱਲ ਹੈ ਵੀ ਇੰਟਰਨੈਸ਼ਨਲ ਨੰਬਰ ਇਹ ਵਿਰਚੁਅਲ ਨੰਬਰ ਹੈ ਕਿ ਦੂਜਾ ਨੰਬਰ ਹੈ, ਇਹਦੀ ਹਜੇ ਮੈਟਰ ਆਫ ਇਨਵੈਸਟੀਗੇਸ਼ਨ ਹੈ, ਕਿਉਂਕਿ ਪੁਲਿਸ ਮੁਲਾਜ਼ਮ ਤਾਂ ਨਹੀਂ ਜਖਮੀ ਹੋਇਆ? ਨਹੀਂ, ਕੋਈ ਇਹਦੇ 'ਚ ਨਹੀਂ ਹੋਇਆ ਗਾ, ਪਰ ਇਹਨੇ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਇਹਨਾਂ ਨੂੰ ਘੇਰਾ ਪਾ ਕੇ ਵੈਲ ਪਲੈਨਡ ਢੰਗ ਦੇ ਨਾਲ, ਇਹ ਸੀਗਾ ਵੀ ਕਿਸੇ ਨੂੰ ਜਿਹੜਾ ਵੀ ਉਹ ਜਿਹੜਾ ਕੈਸ਼ ਦੇਣ ਵੀ ਆ ਰਿਹਾ ਬੰਦਾ ਉਹਨੂੰ ਵੀ ਇਹਨਾਂ ਨੂੰ ਫੜਨਾ ਜ਼ਰੂਰੀ ਸੀ, ਇਹਨਾਂ ਨੂੰ ਐਕਸਪੋਜ਼ ਕਰਨਾ ਜ਼ਰੂਰੀ ਸੀ। ਲੋਕਾਂ ਨੂੰ ਕੀ ਸੁਨੇਹਾ ਸਰ, ਲੋਕ ਕਈ ਵਾਰੀ ਡਰ ਜਾਂਦੇ ਆ ਜਾਂ ਜੇ ਬਾਈ ਚਾਂਸ ਸਰ ਕੋਈ ਫੋਨ ਵਗੈਰਾ ਦਾ? ਨਹੀਂ, ਦੇਖੋ ਇਹਦੇ 'ਚ ਪਹਿਲੀ ਗੱਲ ਤਾਂ ਬੰਦਾ ਅਲਰਟ ਰਹੇ, ਦੂਜੀ ਗੱਲ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰੇ, ਗੁੰਡਿਆਂ ਨੂੰ ਕਿਸੇ ਵੀ ਲੈਵਲ 'ਤੇ ਰਾਇਤ ਨਹੀਂ ਅਤੇ ਦਿੱਤੀ ਹੋਈ ਨਹੀਂ ਜਾ ਸਕਦੀ। ਗੁੰਡਿਆਂ ਨੂੰ ਇਸੇ ਢੰਗ ਨਾਲ ਹੀ ਭਜਾਵਾਂਗੇ, ਫੜਾਂਗੇ, ਅਤੇ ਜੋ ਉਹਨਾਂ ਦੇ ਡਿਜ਼ਰਵ ਕਰਦੇ ਆ ਜੋ ਕਰਨਗੇ ਉਹੀ ਉਹ ਪਾਉਣਗੇ। ਪੁਲਿਸ ਜੇ ਆਪਦਾ ਇਹ ਸੋਚਦੇ ਆ ਵੀ ਆ ਪਿਸਤੌਲਾਂ ਦੇ ਨਾਲ ਅਤੇ ਦੇ ਨਾਲ ਟੋਕਿਆਂ ਦੇ ਨਾਲ ਡਰਾ ਕੇ ਲੋਕਾਂ ਨੂੰ ਉਹ ਕਰ ਲੈਣਗੇ, ਅਤੇ ਪੁਲਿਸ ਕੋਲ ਵੀ ਬੜੇ ਸਕਸ਼ਮ ਹਥਿਆਰ ਹੈ, ਅਸੀਂ ਵੀ ਉਸੇ ਢੰਗ ਨਾਲ ਹੀ ਉਹਨੂੰ ਇਹਨਾਂ ਨੂੰ ਸੁਨੇਹਾ ਇਹ ਦੇਣਾ ਚਾਹੁੰਦੇ ਹਾਂ ਵੀ ਬੰਦੇ ਬਣਦੇ ਪੁੱਤ ਬਣੋ, ਇਹੋ ਜਿਹੀ ਗੁੰਡਾਗਰਦੀ ਤੁਹਾਡੀ ਚੱਲਣ ਨਹੀਂ ਦੇਣੀ। ਠੀਕ ਹੈ ਸਰ, ਧੰਨਵਾਦ।